ਯੂਜ਼ਿੰਗ ਆਇਡੈਂਟੀਟੀ a^2 b^2 ਜਦੋਂ ਮੰਨ ਲਓ ਇਹ ਦੋ ਡਿਜੀਟ ਹੋਣ ਉਹਨਾਂ ਦੇ ਉੱਪਰ ਸਕੁਏਰ ਹੋਣ ਇੱਕ ਨੂੰ ਸੀ a ਦੀ ਸਕੁਏਰ ਮੰਨ ਲੈਨੇ ਇੱਕ ਨੂੰ ਸੀ b ਦੀ ਸਕੁਏਰ ਮੰਨ ਲੈਨੇ ਆ ਤੇ ਉਹਦਾ ਫਾਰਮੂਲਾ ਹੁੰਦਾ ਕਿ a b ਔਰ a b ਠੀਕ ਹੈ ਇੱਕ ਵਾਰੀ ਇਹਨਾਂ ਨੂੰ ਪਲੱਸ ਕਰ ਲੈਣਾ ਤੇ ਇੱਕ ਵਾਰੀ ਇਹਨਾਂ ਨੂੰ ਮਾਈਨਸ ਕਰ ਲੈਣਾ ਸੋ ਇਹਨਾਂ ਨੇ ਸਾਨੂੰ ਆਇਡੈਂਟੀਟੀ ਯੂਜ਼ ਕਰਨ ਨੂੰ ਦਿੱਤੀ ਹੋਈ ਆ ਦੇਖੋ ਆ a^2 ਔਰ ਆ b^2 ਠੀਕ ਹੈ a b a minus b ਠੀਕ ਹੈ ਔਰ a ਜਿਹੜਾ ਹੈਗਾ 51 ਆ b 49 ਆ ਇੱਕ ਵਾਰੀ ਅਸੀਂ ਇਹਨਾਂ ਨੂੰ ਪਲੱਸ ਕਰਾਂਗੇ ਤੇ ਇੱਕ ਵਾਰੀ ਅਸੀਂ ਇਹਨਾਂ ਨੂੰ ਮਾਈਨਸ ਕਰਾਂਗੇ ਉਦੋਂ ਸਕੁਅਰ ਨਹੀਂ ਪਾਣੇ ਹੁੰਦੇ ਸੋ ਇਹਨਾਂ ਨੂੰ ਪਲੱਸ ਕਰਨ ਤੋਂ ਬਾਅਦ ਸਾਡਾ 100 ਆ ਗਿਆ ਇਹਨਾਂ ਨੂੰ ਮਾਈਨਸ ਕਰਨ ਤੋਂ ਬਾਅਦ 2 ਔਰ ਇਹਨਾਂ ਨੂੰ ਮਲਟੀਪਲਾਈ ਕਰਨ ਤੋਂ ਬਾਅਦ 200 ਸਾਡਾ ਆਨਸਰ ਆ ਗਿਆ ਹੁਣ ਕਾਫੀ ਬੱਚਾ ਨੂੰ ਪ੍ਰੋਬਲਮ ਆਉਂਦੀ ਆ ਜਿਹੜੇ ਪੁਆਇੰਟਸ ਵਾਲੇ ਸਾਮ ਹੁੰਦੇ ਆ ਉਹਨਾਂ ਦੇ ਵਿੱਚ ਦੇਖੋ ਪੁਆਇੰਟਸ ਵਾਲੇ ਜਿਹੜੇ ਸਾਮ ਹੋ ਕਿਦਾਂ ਕਰਨੇ ਹੁੰਦੇ ਸਿੰਪਲ ਇਹੋ ਜਿਹੜੀ ਫਾਰਮੂਲਾ ਆਇਡੈਂਟੀਟੀ ਆ ਇਹ ਯੂਜ਼ ਹੋਣੀ ਆ ਆ ਏ ਆ ਇਹ ਬੀ ਆ ਇੱਕ ਵਾਰੀ ਅਸੀਂ ਇਹਨਾਂ ਨੂੰ ਪਲੱਸ ਕਰਾਂਗੇ ਔਰ ਇੱਕ ਵਾਰੀ ਅਸੀਂ ਇਹਨਾਂ ਨੂੰ ਮਾਈਨਸ ਕਰਾਂਗੇ ਸੋ ਇਹਨਾਂ ਨੂੰ ਜਦੋਂ ਅਸੀਂ ਪਲੱਸ ਕਰਾਂਗੇ ਤੇ ਪਲੱਸ ਕਰਨ ਤੋਂ ਬਾਅਦ ਜਿਹੜਾ ਸਾਡਾ ਆਨਸਰ ਆ ਉਹ ਆਏਗਾ 2 ਪੁਆਇੰਟ 0 0 ਤੁਸੀਂ ਰਫ ਕੰਮ ਦੇ ਵਿੱਚ ਵੀ ਪਲੱਸ ਕਰ ਸਕਦੇ ਹੋ ਪੁਆਇੰਟ ਜਿਹੜਾ ਹੈਗਾ ਪੁਆਇੰਟ ਦੇ نیچے ਰੱਖਣਾ ਹੁੰਦਾ ਪੁਆਇੰਟ ਦੇ ਨਾਲ ਵਾਲਾ 9 0 ਦੇ نیچے 9 ਦੇ ਨਾਲ ਵਾਲਾ 8 2 ਦੇ نیچے ਔਰ ਪੁਆਇੰਟ ਦੇ ਇਧਰ ਵਾਲਾ ਜਿਹੜਾ ਸੀਗਾ ਉਹ 0 ਸੀਗਾ ਕਿਉਂਕਿ ਸਭ ਤੋਂ ਪਹਿਲਾਂ ਪੁਆਇੰਟ ਦੇ نیچے ਪੁਆਇੰਟ ਰਾ ਕੇ ਫਿਰ ਡਿਜੀਟ ਦੇ نیچے ਡਿਜੀਟ ਰੱਖਣ ਤੋਂ ਬਾਅਦ ਜਿਹੜੀ ਕੈਲਕੂਲੇਸ਼ਨ ਉਹ ਸਹੀ ਆਂਦੀ ਹੈ ਠੀਕ ਹੈ ਔਰ ਇਹਨਾਂ ਨੂੰ ਮਾइनस ਕਰਨ ਤੋਂ ਬਾਅਦ ਸਾਡਾ 0.04 ਮਾइनस ਵੀ ਇਸੇ ਤਰੀਕੇ ਨਾਲ ਕਰਨਾ ਜਸਟ ਇੱਥੇ ਮਾਈਨਸ ਦਾ ਸਾਈਨ ਆਊਗਾ 2 ਦੇ ਪਿੱਛੇ ਪੁਆਇੰਟ ਆ ਪਾਉਣ ਦੇ ਪਿੱਛੇ ਜ਼ੀਰੋ ਜਿਹੜੀਆਂ ਪੁਆਇੰਟ ਦੇ ਪਿੱਛੇ ਜ਼ੀਰੋਜ਼ ਹੁੰਦੀਆਂ ਉਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਇਸ ਕਰਕੇ ਇਕੱਲਾ ਤੁਸੀਂ 2 ਵੀ ਲਿਖ ਸਕਦੇ ਹੋ ਸੋ 2 ਨੂੰ 0.04 ਨਾਲ ਮਲਟੀਪਲਾਈ ਕਰਨ ਤੋਂ ਬਾਅਦ 0.08 ਸਾਡਾ ਆਨਸਰ ਆ ਜਾਏਗਾ